ਪਹਿਲਾ ਕਰੋਨਾ ਨੇ ਲੋਕਾਂ ਦੀ ਜਾਨ ਨੂੰ ਜੋਖਮ ਵਿੱਚ ਪਾ ਦਿੱਤਾ ਤੇ ਉਸ ਤੋਂ ਮਗਰੋਂ ਬਣੇ ਹਾਲਾਤਾਂ ਕਾਰਨ ਕਈ ਲੋਕਾਂ ਨੇ ਆਪਣੀ ਜਾਨ ਦੇ ਨਾਂ ਨਾਲ ਨੌਕਰੀ ਤੋਂ ਵੀ ਹੱਥ ਤੋਲ ਲਿਆ ਫਿਰ ਮਹਿੰਗਾਈ ਦਾ ਅਜੀਹਾ ਦੌਰ ਸਾਹਮਣੇ ਆਇਆ ਜਿਸ ਨੇ ਲੋਕਾਂ ਕੋਲ ਬਚੀ ਖੁਚੀ ਜਮਾ ਪੂੰਜੀ ਨੂੰ ਵੀ ਟੀਕਾਣੇ ਲਗਾ ਦਿੱਤਾ ਸਾਲ 2022 ਦੇ ਚੜ੍ਹਨ ਸਮੇਂ ਤੋਂ ਹੀ ਸ਼ਾਇਦ ਮਨੁੱਖੀ ਜੀਵਨ ਨੇ ਸੁੱਖ ਦਾ ਸਾਹ ਲਿਆ ਹੋਵੇ ਅਤੇ ਹੁਣ ਬੀਤੇ ਵੀਰਵਾਰ ਤੋਂ ਸ਼ੁਰੂ ਹੋਈ ਰੂਸ ਅਤੇ ਯੂਕਰੇਨ ਦੀ ਜੰਗ ਨੇ ਇਨਾਂ ਹਾਲਾਤਾਂ ਨੂੰ ਬਹੁਤ ਤੋਂ ਵੀ ਬੱੱਤਰ ਬਣਾ ਦਿੱਤਾ ਅਜੀਹਾ ਜਾਪ ਰਿਹਾ ਜਿਵੇਂ ਇਹ ਸਾਰਾ ਕੁਝ ਪਹਿਲਾਂ ਹੀ ਲਿਖਿਆ ਗਿਆ ਹੋਵੇ ਅਤੇ ਹੁਣ ਇਸ ਉੱਪਰ ਅਮਲ ਕਰਨ ਦੀ ਵਾਰੀ ਆ ਚੁੱਕੀ ਹੈ ਕਿਉਂਕਿ ਰੂਸ ਨੇ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਕਈ ਹੋਰ ਦੇਸ਼ਾਂ ਦੇ ਸੰਗੀ ਸਮੂਹ ਨਾਟੋ ਦੀ ਪਰਵਾਹ ਕੀਤੇ ਬਿਨਾ ਯੂਕਰੇਨ ਉੱਪਰ ਹੱਲਾ ਬੋਲ ਦਿੱਤਾ ਅਤੇ ਰੋਜ਼ਾਨਾ ਹੀ ਰੂਸ ਵੱਲੋਂ ਵੱਡੀ ਮਾਤਰਾ ਦੇ ਵਿੱਚ ਤਬਾਹੀ ਯੂਕਰੇਨ ਉੱਤੇ ਵرائی ਜਾ ਰਹੀ ਹੈ। ਇਸ ਵੇਲੇ ਰੂਸ ਆਪਣੀ ਤਾਕਤ ਦਾ ਅਜਿਹਾ ਮੁਜ਼ਾਹਰਾ ਕਰ ਰਿਹਾ ਹੈ ਕਿ ਯੂਕਰੇਨ ਨੂੰ ਬਚਾਉਣ ਦੇ ਲਈ ਸਿੱਧੇ ਤੌਰ ਤੇ ਕੋਈ ਵੀ ਮੁਲਕ ਅੱਗੇ ਨਹੀਂ ਆਇਆ ਹੁਣ ਤਾਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਜਿਵੇਂ ਬਾਬਾ ਵੇਂਗਾ ਵੱਲੋਂ ਆਖੇ ਗਏ ਸ਼ਬਦ ਸੱਚ ਸਾਬਤ ਹੋਣ ਜਾ ਰਹੇ ਹਨ ਦੱਸਦੀ ਹੈ ਕਿ ਬਾਬਾ ਵੇਂਗਾ ਇੱਕ ਅਜਿਹੀ ਔਰਤ ਸੀ ਜਿਸ ਨੇ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਅਤੇ ਉਸ ਵੱਲੋਂ ਕੀਤੀਆਂ ਗਈਆਂ ਭਵਿੱਖਬਾਣੀਆਂ ਵਿੱਚੋਂ 75% ਦੀ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਉਸ ਨੇ ਰੂਸ ਦੇ ਲਈ ਵੀ ਕੁਝ ਭਵਿੱਖਬਾਣੀਆਂ ਕੀਤੀਆਂ ਸਨ ਅਤੇ ਮੌਜੂਦ ਸਮੇਂ ਦੇ ਹਾਲਾਤਾਂ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਹ ਹੁਣ ਸੱਚ ਸਾਬਤ ਹੋ ਰਹੀਆਂ ਹਨ ਬਾਬਾ ਵੇਂਗਾ ਨੇ ਸਾਲ 2022 ਲਈ ਭਵਿੱਖਬਾਣੀਆਂ ਕੀਤੀਆਂ ਤੇ ਉਸ ਦੇ ਵਿੱਚ ਰੂਸ ਨੂੰ ਇੱਕ ਵਿਸ਼ਵ ਤਾਕਤ ਬਣ ਕੇ ਸਾਰਿਆਂ ਦੇ ਸਾਹਮਣੇ ਆਉਣ ਦੀ ਗੱਲ ਆਖੀ ਅਤੇ ਉਸ ਨੇ ਇਹ ਵੀ ਆਖਿਆ ਕਿ ਰੂਸ ਦੀ ਸ਼ਕਤੀ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣੇਗੀ ਅਤੇ ਉਸ ਨੂੰ ਦੁਨੀਆ ਦੀ ਹੋਰ ਕੋਈ ਵੀ ਤਾਕਤ ਨਹੀਂ ਰੋਕ ਸਕੇਗੀ ਰੂਸ ਇੱਕ ਵਿਸ਼ਵ ਤਾਕਤ ਵਜੋਂ ਉੱਭਰੇਗਾ ਜਦ ਕਿ ਯੂਰਪ ਖਿੰਡ ਪੁੰਡ ਜਾਵੇਗਾ ਅਤੇ ਬੰਜਰ ਹੋ ਜਾਵੇਗਾ ਇਸ ਸੰਸਾਰ ਵਿੱਚ ਸਭ ਕੁਝ ਪਿਗਲ ਜਾਵੇਗਾ ਜਿਵੇਂ ਬਰਫ਼ ਪਿਗਲਦੀ ਹੈ ਪਰ ਇੱਕ ਚੀਜ਼ ਹੋਵੇਗੀ ਜਿਸ ਨੂੰ ਕੋਈ ਛੂਹ ਤੱਕ ਨਹੀਂ ਸਕੇਗਾ ਉਹ ਹੋਵੇਗੀ ਰੂਸ ਦੀ ਆਨ ਬਾਨ ਅਤੇ ਸ਼ਾਨ ਰੂਸ ਦੀ ਵੱਧ ਰਹੀ ਤਾਕਤ ਨੂੰ ਕੋਈ ਵੀ ਨੱਥ ਨਹੀਂ ਪਾ ਸਕੇਗਾ ਉਸ ਦੇ ਰਾਸਤੇ ਵਿੱਚ ਆਉਣ ਵਾਲੀ ਹਰ ਉਹ ਚੀਜ਼ ਜੋ ਉਸ ਦੇ ਰਾਸਤੇ ਵਿੱਚ ਰੁਕਾਵਟ ਬਣਦੀ ਹੈ ਰੂਸ ਉਸ ਨੂੰ ਖਤਮ ਕਰ ਦੇਵੇਗਾ ਅਤੇ ਦੁਨੀਆ ਦਾ ਬੇਤਾਜ ਬਾਦਸ਼ਾਹ ਬਣ ਜਾਵੇਗਾ ਜਾਣਕਾਰੀ ਲਈ ਦੱਸ ਦਈਏ ਕਿ ਮਹਿਜ਼ 12 ਸਾਲ ਦੀ ਉਮਰ ਵਿੱਚ ਇੱਕ ਤੂਫਾਨ ਦੌਰਾਨ ਅੱਖਾਂ ਗਵਾਉਣ ਵਾਲੀ ਬਾਬਾ ਵੇਂਗਾ ਦਾ ਜਨਮ 1911 ਨੂੰ ਹੋਇਆ ਸੀ ਅਤੇ ਉਸ ਦਾ ਪੂਰਾ ਨਾਮ ਵਿੰਗੇਲੀਆ ਪੰਡਿਆ ਗੁਸ਼ਤੇਰ ਵਾਸੀ ਉਸ ਦੀ 1996 ਦੇ ਵਿੱਚ 85 ਸਾਲ ਦੀ ਉਮਰ ਦੌਰਾਨ ਮੌਤ ਹੋ ਗਈ ਸੀ ਪਰ ਮਰਨ ਤੋਂ ਪਹਿਲਾਂ ਬਾਬਾ ਵੇਂਗਾ ਨੇ ਸਾਲ 5079 ਤੱਕ ਦੇ ਲਈ ਭਵਿੱਖਬਾਣੀਆਂ ਕੀਤੀਆਂ ਸਨ ਜਿਨ੍ਹਾਂ ਵਿੱਚੋਂ ਹੁਣ ਤੱਕ 75% ਦੀ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ ਪਰ ਇੱਥੇ ਇਹ ਗੱਲ ਖਾਸ ਹੈ ਕਿ ਇਹ ਸਾਰੀਆਂ ਭਵਿੱਖਬਾਣੀਆਂ ਨੂੰ ਉਹਨਾਂ ਨੇ ਆਪਣੇ ਸਿਰਫ ਅਨੁਆਈਆਂ ਨੂੰ ਹੀ ਦੱਸਿਆ ਸੀ ਜਦਕਿ ਇਹ ਭਵਿੱਖਬਾਣੀਆਂ ਕਿਤੇ ਵੀ ਕਿਸੇ ਕਿਤਾਬ ਦੇ ਵਿੱਚ ਨਹੀਂ ਲਿਖਿਆ ਗਈਆਂ ਸਾਲ 2022 ਦੇ ਲਈ ਕੀਤੀਆਂ ਗਈਆਂ ਬਾਬਾ ਵੇਂਗਾ ਵੱਲੋਂ ਇਹਨਾਂ ਭਵਿੱਖਬਾਣੀਆਂ ਵਿੱਚ ਉਹਨਾਂ ਨੇ ਆਖਿਆ ਕਿ ਸਾਈਬੇਰੀਆ ਦੇ ਵਿੱਚ ਇੱਕ ਨਵੇਂ ਵਾਇਰਸ ਦਾ ਫੈਲਾਅ ਹੋਵੇਗਾ ਇਸ ਦੇ ਨਾਲ ਹੀ ਵੱਡੇ ਜਲਵਾਯੂ ਪਰਿਵਰਤਨ ਕਾਰਨ ਬਰਫ਼ ਪਿਗਲਣੀ ਸ਼ੁਰੂ ਹੋ ਜਾਵੇਗੀ ਹੜ੍ਹ ਸੁਨਾਮੀ ਅਤੇ ਪੋਚਾਣ ਦੇ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਹਜ਼ਾਰਾਂ ਲੋਕ ਆਪਣੀ ਜਾਨ ਤੋਂ ਹੱਥ ਤੋ ਬੈਠਣਗੇ ਅਤੇ ਪਾਣੀ ਦਾ ਗੰਭੀਰ ਸੰਕਟ ਪੈਦਾ ਹੋਵੇਗਾ ਇਸ ਤੋਂ ਇਲਾਵਾ ਬਾਬਾ ਵੇਂਗਾ ਦੇ ਅਨੁਸਾਰ ਇਹ ਸਾਰੀ ਸ੍ਰਿਸ਼ਟੀ ਪੂਰੀ ਦੁਨੀਆ ਇਹ ਸੰਸਾਰ ਸਾਲ 5079 ਵਿੱਚ ਖਤਮ ਹੋ ਜਾਵੇਗਾ